ਪੰਜਾਬ ਦੀ ਹਾਲਤ ਇਹ ਹੈ ਕਿ ਅਸੀਂ ਇਸ ਵਾਰੀ ਬਜਟ ਦੇ ਵਿੱਚ ਜਿਹੜਾ ਟਾਰਗੇਟ ਰੱਖਿਆ ਸੀ ਆਮ ਜਨਤਾ ਦਾ 1,19,502 ਕਰੋੜ ਰੁਪਇਆ ਸਾਡੇ ਕੋਲ ਹੁਣ ਤੱਕ ਆਮਦਨ ਆਈ ਹੈ 42,294 ਕਰੋੜ ਆਇਆ ਇਹਦਾ ਮਤਲਬ 60,000 ਜਿਹੜਾ ਕਰੋੜ ਦਾ ਗੈਪ ਹੈ ਪਰ ਨੈਤਿਕ ਤੌਰ ਤੇ ਦੇਖੀ ਪੰਜਾਬ ਨੂੰ ਮਿਹਨਤੀ ਮੰਨਿਆ ਜਾਂਦਾ ਪੰਜਾਬ ਦੇ ਲੋਕ ਮਿਹਨਤੀ ਨੇ ਕਰਕੇ ਖਾਣ ਦੇ ਵਿੱਚ ਯਕੀਨ ਰੱਖਦੇ ਨੇ ਹੁਣ ਲੋਕਾਂ ਨੂੰ ਮੁਫਤ ਕੋਰੇ ਜ ਨਹੀਂ ਬਣਾਇਆ ਜਾ ਰਿਹਾ ਅਸੀਂ ਮੁਫਤ ਕੋਰ ਨਹੀਂ ਬਣਾ ਰਹੇ ਅਸੀਂ ਸਾਡੀਆਂ ਆਉਣ ਵਾਲੀ ਜਨਰੇਸ਼ਨਾਂ ਨੂੰ ਕਰਜ਼ੇ ਹੀ ਬਣਾ ਰਹੇ ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਗੱਲ ਕਰਾਂਗੇ ਅਸੀਂ ਪੰਜਾਬ ਦੀ ਰਾਜਨੀਤੀ ਦੇ ਨਾਲ ਨਾਲ ਪੰਜਾਬ ਦੀ ਆਰਥਿਕਤਾ ਦੀ ਇਹਨਾਂ ਦਿਨਾਂ ਦੌਰਾਨ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਲਾਰੇ ਅਤੇ ਵਾਅਦਿਆਂ ਦੀ ਝੜੀ ਲਗਾ ਰਹੀਆਂ ਨੇ ਲੋਕਾਂ ਨੂੰ ਸਕੀਮਾਂ ਦੇਣ ਵਾਸਤੇ ਕਿ ਮੁਫਤ ਦੇ ਵਿੱਚ ਆਹ ਦੇਵਾਂਗੇ ਹਰ ਪਾਰਟੀ ਇੱਕ ਦੂਜੇ ਤੋਂ ਵੱਧ ਕੇ ਲਾਰੇ ਅਤੇ ਵਾਅਦੇ ਕਰ ਰਹੀ ਹੈ ਸੱਚਾਈ ਕੀ ਹੈ ਪੰਜਾਬ ਦੀ ਆਰਥਿਕਤਾ ਕਿਸ ਤਰ੍ਹਾਂ ਦੀ ਹੈ ਕੀ ਪੰਜਾਬ ਦਾ ਖਜ਼ਾਨਾ ਆਉਣ ਵਾਲੇ ਦਿਨਾਂ ਦੌਰਾਨ ਭਰਿਆ ਜਾ ਸਕਦਾ ਹੈ ਕੀ ਕਰਜ਼ਾ ਜਿਹੜਾ ਪੰਜਾਬ ਦੇ ਸਿਰ 'ਤੇ ਚੜ੍ਹਿਆ ਉਹ ਉਤਾਰਿਆ ਜਾ ਸਕਦਾ ਸਾਰੇ ਵਾਸਤੇ ਅਸੀਂ ਗੱਲ ਕਰਦੇ ਹਾਂ ਸੀਨੀਅਰ ਪੱਤਰਕਾਰ ਨਰੇਸ਼ ਸ਼ਰਮਾ ਨਾਲ ਨਰੇਸ਼ ਸ਼ਰਮਾ ਲਗਾਤਾਰ 15-20 ਸਾਲ ਤੋਂ ਪੰਜਾਬ ਦੀ ਆਰਥਿਕਤਾ ਉੱਤੇ ਨਜ਼ਰ ਬਣਾਏ ਹੋਏ ਨੇ ਸ਼ਰਮਾ ਜੀ ਸਵਾਗਤ ਹੈ ਤੁਹਾਡਾ ਹਾਂਜੀ ਥੈਂਕ ਯੂ ਧੰਨਵਾਦ ਜੀ ਕੀ ਲੱਗਦਾ ਜਿਹੜੀਆਂ ਲਾਰੇ ਲਾ ਰਹੀਆਂ ਨੇ ਸਾਰੀਆਂ ਸਿਆਸੀ ਪਾਰਟੀਆਂ ਕਿ ਅਸੀਂ ਮੁਫਤ ਦੇ ਵਿੱਚ ਆਹ ਕਰ ਦਾਂਗੇ ਕੇਜਰੀਵਾਲ ਨੇ ਵੀ ਕੱਲ੍ਹ ਕਿਹਾ ਕਿ ਸਾਰੀਆਂ ਔਰਤਾਂ ਜਿਹੜੀਆਂ 18 ਸਾਲ ਤੋਂ ਉੱਪਰ ਨੇ ਉਹਨਾਂ ਨੂੰ ਪ੍ਰਤੀ ਮਹੀਨਾ 1,000 ਰੁਪਇਆ ਦੇਵਾਂਗੇ ਜਿਹਦੇ ਨਾਲ ਸਾਲਾਨਾ 1,00,000 ਕਰੋੜ ਤੋਂ ਵੱਧ ਦਾ ਹੋਰ ਬੋਝ ਪੈ ਜਾਏਗਾ ਕੀ ਸੱਚਾਈ ਕੀ ਅਸਲ ਦੇ ਵਿੱਚ ਕਿ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਉਹ ਉਵੇਂ ਦਾ ਹੈ ਕਿ ਉਹਦੇ ਨਾਲ ਮੁਫਤ ਦੇ ਵਿੱਚ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਸਕਣ ਦੇਖੋ ਜੋ ਪੰਜਾਬ ਦੀ ਅਗਰ ਅਸੀਂ ਆਰਥਿਕਤਾ ਦੀ ਗੱਲ ਕਰੀਏ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਪਿਛਲੇ ਜਦੋਂ ਤੁਸੀਂ ਦੌਰ ਦੇਖੋ ਅੱਤਵਾਦ ਦਾ ਟਾਈਮ ਆਇਆ ਅੱਤਵਾਦ ਦੇ ਦੌਰ ਤੋਂ ਬਾਅਦ ਜਿਹੜਾ ਪੰਜਾਬ ਦੀ ਆਰਥਿਕਤਾ ਥੱਲੇ ਵੱਲ ਗਈ ਹੈ ਪੰਜਾਬ 'ਤੇ ਜਿਹੜਾ ਤੁਸੀਂ ਦੇਖੋ 3,00,000 ਕਰੋੜ ਦਾ ਕਰਜ਼ਾ ਹੋਣ ਜਾ ਰਿਹਾ ਸੋ ਜਿਹੜਾ ਪੰਜਾਬ ਦਾ ਅਸੀਂ ਪੰਜਾਬ ਦੇ ਵਿਕਾਸ ਦੀ ਗੱਲ ਕਰਨੀ ਆ ਅੱਜ ਸਾਡੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਚਾਹੇ ਮੌਜੂਦਾ ਪਾਰਟੀਆਂ ਨੇ ਚਾਹੇ ਆਮ ਆਦਮੀ ਪਾਰਟੀ ਹੈ ਜਾਂ ਹੋਰ ਪਾਰਟੀਆਂ ਨੇ ਉਹ ਸਿਰਫ ਪੰਜਾਬ ਦੇ ਲੋਕਾਂ ਨੂੰ ਇੱਕ ਝਾਂਸਾ ਦੇ ਰਹੀਆਂ ਨੇ ਕਿ ਸਭ ਕੁਝ ਮੁਫਤ ਅਸੀਂ ਦੇਵਾਂਗੇ ਪਰ ਸਵਾਲ ਹੁੰਦਾ ਕਿ ਜਦੋਂ ਅਸੀਂ ਮੁਫਤ ਦੇਣ ਦੀ ਗੱਲ ਕਰਦੇ ਹਾਂ ਤਾਂ ਉਹ ਮੁਫਤ ਦੇ ਪਾਉਂਦੇ ਹਾਂ ਕਿ ਨਹੀਂ ਫਿਰ ਕੀ ਹੁੰਦਾ 2-4 ਸਾਲ ਅਸੀਂ ਪੈਸੇ ਟਪਾ ਦਿੰਦੇ ਹਾਂ ਫਿਰ ਆ ਕੇ ਅਸੀਂ ਲਾਸਟ ਦੇ ਵਿੱਚ ਜਾ ਕੇ ਜਦੋਂ ਇਲੈਕਸ਼ਨ ਦਾ ਟਾਈਮ ਆ ਜਾਂਦਾ ਫਿਰ ਅਸੀਂ ਚੋਣ ਵਾਅਦੇ ਪੂਰੇ ਕਰਨ ਲੱਗ ਜਾਂਦੇ ਹਾਂ ਇਸ ਟਾਈਮ ਤੋਂ ਮੁੱਦਾ ਇਹੀ ਹੈ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਸਿਰਫ ਭਰਮਾਣ ਦੀ ਰਾਜਨੀਤੀ ਕਰ ਰਹੇ ਹੋ ਤੁਸੀਂ ਦੇਖੋ ਇਹ ਅੰਕੜੇ ਨੇ ਪੰਜਾਬ ਦੇ ਇਹ ਪੰਜਾਬ ਦੇ ਵਿੱਤੀ ਅੰਕੜੇ ਨੇ ਇਹ ਜਿਹੜੇ ਹਰ ਮਹੀਨੇ ਆਉਂਦੇ ਆ ਜਿਹੜੇ ਕੈਗ ਵੱਲੋਂ ਦਿੱਤੇ ਜਾਂਦੇ ਆ ਜਿਹੜੀ ਸਾਡੀ ਆਡਿਟ ਜਿਹੜਾ ਦੱਸਦਾ ਉਹਦੇ ਵਿੱਚ ਤੁਸੀਂ ਦੇਖੋ ਸਾਡੇ ਪੰਜਾਬ ਦੀ ਹਾਲਤ ਕੀ ਹੈ ਪੰਜਾਬ ਦੀ ਹਾਲਤ ਇਹ ਹੈ ਕਿ ਅਸੀਂ ਇਸ ਵਾਰੀ ਬਜਟ ਦੇ ਵਿੱਚ ਜਿਹੜਾ ਟਾਰਗੇਟ ਰੱਖਿਆ ਸੀ ਆਮਦਨ ਦਾ 1,19,502 ਕਰੋੜ ਰੁਪਇਆ ਸਾਡੀ ਆਮਦਨ ਦਾ ਟੀਚਾ ਸੀ ਕਿ ਸਾਨੂੰ ਇੰਨੀ ਆਮਦਨ ਹੋਏਗੀ ਜੋ ਅਸੀਂ ਬਜਟ ਦੇ ਵਿੱਚ ਮਨਪ੍ਰੀਤ ਬਾਦਲ ਨੇ ਜੋ ਬਜਟ ਪੇਸ਼ ਕੀਤਾ ਸਾਡੇ ਕੋਲ ਹੁਣ ਤੱਕ ਆਮਦਨ ਆਈ ਹੈ 42,294 ਕਰੋੜ ਆਇਆ ਇਹਦਾ ਮਤਲਬ ਅਸੀਂ 1,19,502 ਕਰੋੜ ਦਾ ਟੀਚਾ ਰੱਖਿਆ ਅਤੇ 44,294 ਕਰੋੜ ਰੁਪਇਆ ਸਿਰਫ ਸਾਡੇ ਕੋਲ ਆਇਆ ਇਹਦਾ ਮਤਲਬ 60,000 ਜਿਹੜਾ ਕਰੋੜ ਦਾ ਗੈਪ ਹੈ ਵਿੱਚ ਕਿੰਨਾ ਤੁਸੀਂ ਦੇਖੋ ਇੱਕ ਨਹੀਂ 6,000 ਕਰੋੜ ਦਾ ਕਿੰਨਾ ਸਾਡੇ ਕੋਲ ਗੈਪ ਆ ਗਿਆ ਤੁਸੀਂ ਦੇਖੋ 60,000 ਕਰੋੜ ਦਾ ਗੈਪ ਆ ਗਿਆ ਸਾਡੇ ਕੋਲ 4 ਮਹੀਨੇ ਦੇ ਵਿੱਚ ਪੂਰਾ ਨਹੀਂ ਹੋਣਾ ਕਿਉਂਕਿ ਵਿੱਤੀ ਸਾਲ ਜਿਹੜਾ ਖਤਮ ਹੋਣ ਵਾਲਾ ਇਹ ਕਦੇ ਵੀ ਪੂਰਾ ਨਹੀਂ ਹੁੰਦਾ ਹੁਣ ਇਹ ਸਾਡੇ ਤੁਸੀਂ ਦੇਖੋ ਆਮਦਨ ਦੇ ਸਾਧਨ ਹੁੰਦੇ ਆ ਇੱਕ ਸਟੇਟ ਦੀ ਆਮਦਨ ਹੁੰਦੀ ਹੈ ਇੱਕ ਸਾਡੇ ਕੋਲ ਜਦੋਂ ਜਿਹੜੇ ਸੈਂਟਰ ਸ਼ੇਅਰ ਹੁੰਦੇ ਆ ਸੈਂਟਰ ਤੋਂ ਪੈਸਾ ਆਉਂਦਾ ਤੁਸੀਂ ਦੇਖੋ ਇਸ ਵਾਰੀ ਸਾਡੇ ਜਿਹੜੇ ਪੰਜਾਬ ਦੀ ਜਿਹੜੀ ਹਾਲਤ ਕਿਉਂ ਥੋੜ੍ਹੀ ਜਿਹੀ ਸੁਧਰੀ ਆ ਇਸ ਕਰਕੇ ਸੁਧਰੀ ਹੈ ਕਿ ਜਿਹੜੇ ਪੈਟਰੋਲ ਦੀਆਂ ਕੀਮਤਾਂ 100 ਤੋਂ ਪਾਰ ਕਰ ਗਈਆਂ ਜਿਹਦੇ ਕਰਕੇ ਪੈਟਰੋਲ ਤੋਂ ਜਿਹੜਾ ਸਾਨੂੰ ਟੈਕਸ ਜ਼ਿਆਦਾ ਆਉਂਦਾ ਪੰਜਾਬ ਨੂੰ ਪੰਜਾਬ ਨੇ ਤੁਸੀਂ ਦੇਖੋ ਇਸ ਵਾਰੀ ਜਿਹੜਾ ਪੰਜਾਬ ਨੂੰ ਪੈਟਰੋਲ ਤੋਂ ਜਿਹੜਾ ਸਾਨੂੰ 60% ਆਮਦਨ ਹੋਈ ਹੈ ਇਸ ਵਾਰੀ ਪੈਟਰੋਲ ਤੋਂ ਟੋਟਲ ਦੀ ਔਰ ਪਿਛਲੀ ਵਾਰ ਜਿਹੜੀ ਹੈ 40% ਹੋਈ ਸੀ ਇਹਦਾ ਮਤਲਬ ਸਾਡੀ 20% ਪੈਟਰੋਲ ਤੋਂ ਸਾਨੂੰ ਆਮਦਨ ਵਧੀ ਸੀ ਸਾਨੂੰ ਪੰਜਾਬ ਨੂੰ ਤੁਸੀਂ ਦੇਖੋ ਇਹਦਾ ਮਤਲਬ ਜੇ ਪੈਟਰੋਲ ਤੋਂ 20% ਵਧੀ ਦੂਜਾ ਜੀ ਐੱਸ ਟੀ ਤੋਂ ਵੀ ਸਾਨੂੰ ਆਮਦਨ ਵਧੀ ਹੈ ਜੀ ਐੱਸ ਟੀ ਤੋਂ ਸਾਨੂੰ ਇਸ ਵਾਰੀ 45% ਆਮਦਨ ਹੋਈ ਹੈ ਜਿਹੜੀ ਲਾਸਟ ਈਅਰ 30% ਸੀ ਇਹਦਾ ਮਤਲਬ ਤੁਸੀਂ ਦੇਖੋ 15% ਉਹਦੇ ਵਿੱਚ ਵੱਧ ਗਈ ਬਾਕੀ ਜਿਹੜਾ ਸਾਡੇ ਦੇਖੋ ਜਿਸ ਤਰ੍ਹਾਂ ਸਾਡਾ ਹੈ ਸ਼ਰਾਬ ਹੈ ਸ਼ਰਾਬ ਤੋਂ ਜਿਸ ਤਰ੍ਹਾਂ ਦੀ ਸਾਨੂੰ ਆਮਦਨ ਹੋਣੀ ਚਾਹੀਦੀ ਉਸ ਤਰ੍ਹਾਂ ਦੀ ਨਹੀਂ ਹੋ ਰਹੀ ਮਾਈਨਿੰਗ ਤੋਂ ਜਿਸ ਤਰ੍ਹਾਂ ਦੀ ਸਾਨੂੰ ਆਮਦਨ ਹੋਣੀ ਚਾਹੀਦੀ ਹੈ ਨਹੀਂ ਹੋ ਰਹੀ ਪਰ ਫਿਰ ਵੀ ਅਗਰ ਤੁਸੀਂ ਦੇਖੋ ਅਸੀਂ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਅਸੀਂ 1,000 ਰੁਪਇਆ ਮਹਿਲਾ ਨੂੰ ਦੇਣਾ ਅਤੇ ਤੁਸੀਂ ਦੇਖੋ ਅਗਰ ਉਹਦਾ ਕੀ ਕਰਾਈਟੇਰੀਆ ਹੈ ਤਾਂ ਉਹਨਾਂ ਨੇ ਕੁਛ ਦੱਸਿਆ ਨਹੀਂ
की महिला होएगी, क्योंकि ये तुम देखा जाता कि जो सरकार बनती है तो फिर कई कई बच्चे लिया के शर्त ला देंगे कि नहीं जी फलाने मिलना बीपीएल वास्ते विधवा वास्ते है। हाँ, वो कई तरह शर्त लगा देंगे। हुण अगर असीं 1000 रुपया दे भी देवांगे तो सानूं पता कि पंजाब का इन्ना, अगर तुम देखो एक मैं सही सब तो इंट्रस्टिंग तुहानूं गल देखो कि जिहड़ा पंजाब दे विच मैं असीं इंट्रस्ट असीं 7339 करोड़ रुपया ब्याज का अदा किया हुण तक पिछले आ जिहड़े 7-8 महीनों के जिहड़ा साडा ब्याज 7300 जाने असीं किन्ना वापस किन्ना करना 20315 करोड़ रुपया असीं कर्ज का जिहड़ा ब्याज पूरे एक साल के अदा करते हैं। तो ये अदा करने लिए असी की करते हैं, ये असी मार्केट बोरिंग करते हैं, मार्केट तो कर्जा लेने हैं, जो वो कर्जा ले रहे हैं उल्टा ही देखो बोरिंग किनी की है साड़ी है भी 24239 करोड़ रुपए का असी कर्जा ले सकते हैं। असी हुण तक 10000 करोड़ का कर्जा मार्केट तो लै चुके हैं। ये जिहड़ा 10000 करोड़ असी कर्जा कादी लै रहे हैं, ये हुंदा असी गैप जिहड़ा साडा गैप की है कि साड़ी आमदन साढ़े कोले है नहीं खर्च ज़्यादा ने जो वो जदों असी वो जो आमदन तो जो खर्च में पूरा करना तो असी उसके लिए कर्जा लेने तो 10000 करोड़ का कर्जा ले लिया। इसका मतलब की है जदों असी लोगों सारा कुछ मुफ्त देवांगे तो नैचुरली साड़ी बोरिंग बढ़ेगी साडा ब्याज बढ़ेगा, जो ब्याज बढ़ेगा तो हुण तो असी कर्जा लैके कर्जा वापस कर रहे हैं। कर्जा की मान लो 10000 करोड़ का कर्जा लिया तो उही असी ब्याज अदा करता किश्त देती। हाल की होएगा कि हुण तां जदों तुहाडा ब्याज जदों तुहाडे दे उत्ते कर्जा वधदा जाऊगा उह नैचुरली की होगा तुसीं जदों एक तुहाडी मार्केट भी तुसीं नहीं कर्जा लै सकदे उत्थे उह हालता जी लिमिट है तुहाडी, फिर तुहाडी आमदन दे विच्चों पैसे जाने शुरू होणगे। जिहड़ा तुसीं स्टेट दे विकास ते पैसा खर्च करना उह तुहाडा जिहड़ा पैसा है उह साडा ब्याज दे विच ही चला जाऊगा। इहदा मतलब पंजाब कंगाली वार होर वधेगा। अज तुसीं लोकां नूं मुफ्त दो, मुफ्त लोकां नूं लालच दे दो, पर इहदा बर्डन साडी पंजाब दी आउण वाली पीढ़ी ते पएगा। वो उहनां ते इन्ना कर्जा हो जाएगा कि पंजाब दे उत्ते कि अल्टीमेटली जिहड़ा तुहाडी जो तुहाडी आमदन दे विच्चों पैसे जाण लग गए नैचुरली तुहाडा डिवेलपमेंट कित्थों होएगी। जे आपां नैतिक तौर ते देखिए पंजाब नूं मेहनती मन्निया जांदा, पंजाब दे लोक मेहनती ने करके खाण दे विच यकीन रखदे ने। हुण लोकां नूं मुफ्त कवरेज नहीं बनाया जा रहा, पहलां आटा दाल स्कीम चलाई खांदे पींदे घरां नूं आटे दियां थैलियां जाण लग गईयां, कितें ना कितें सियासी लोक जिहड़े आ ना डिवेलपमेंट करन दी बजाय लोकां नूं थोड़ा जिहा मुफ्तखोर नहीं बना रहे। असीं मुफ्तखोर नहीं बना रहे, असीं साडियां आउण वाली जनरेशनां नूं कर्जे ही बना रहे हैं इहदे थ्रू, क्योंकि साढ़े तो उहदा तुसीं देखो जदों साढ़े कोल आमदन दे साधन उन्ने है नहीं है, असीं जदों इन्ने लोकां नूं कुछ देना तो अल्टीमेटली कर्जे ही लवेंगे, कर्जा लैके देवे, जो कर्जा लैके देवे तो साड़ी आने वाली जनरेशन के उत्ते कर्जा बढ़ेगा, 3 लाख करोड़ हो गया, 5 लाख करोड़ हो जाएगा, वापस कितों करना। अंकड़े पूरे देते समझ आती है कि बाकी कर्जे की पंड बदन वाली है। जिस तरह ट्रांसपोर्ट मंत्री राजा बडिंग ने पूरी मेहनत की है, काफ़ी इनकम बढ़ा दी ट्रांसपोर्ट महकमे की, और जोड़े दो अदारे आ पन वास्ते PRC वो भी नवी बसा पै रही ने, होर मंत्री मेहनत क्यों नहीं कर रहे, वो भी तो खजाने के आमदन बढ़ सकती है। हाँ देखो गल तो बिल्कुल बहुत वधिया पॉइंट दिता। टैक्स दो तरह का होंदा, एक होंदा टैक्स रेवन्यू साडे कोल कित्थों आउंदा, इहदे विच GST आ जाउंदा तुहाडे कोल, इहदे विच स्टैंप ड्यूटी आ जाउंदी जिहड़ी तुसीं रजिस्ट्रियां कराउंदे हो, जां तुहाडे कोल पेट्रोल आ जाउंदा शराब आ जाउंदा, वो होंदा तुहाडा टैक्स रेवन्यू। एक होंदा नॉन टैक्स रेवन्यू, जिहड़ा नॉन टैक्स रेवन्यू डिपार्टमेंट नाल रिलेटेड होंदा, जिहड़ा जिवें हुण राजा बड़ी टिकटां तों आउंदा सानूं बसां दे टिकटां असीं बेचदे हां जां होर, इहनूं कहिंदा नॉन टैक्स रेवन्यू। जां होर डिपार्टमेंट दे विच हॉस्पिटल जाने उत्थे चार्जेस लैंदे आ तुहाडे, जां वो नॉन टैक्स रेवन्यू हुंदा। तुसीं देखो हुण पिछले 4.5 सालां में साडा नॉन टैक्स रेवन्यू वधिया ही नहीं है, जे नॉन टैक्स रेवन्यू बढ़ नहीं रहा तो मतलब कि कितना कितने डिपार्टमेंटा की भी कमी है कि वो अपने आप में इंप्लीमेंट नहीं कर पा रहे। दूजी गल इंप्लीमेंट तो अलावा जी असी ना एक नवा ट्रेंड शुरू कर लिया कि लोगों को सब कुछ मुफ्त देना फ्री देना, खास करके चलो वो करके भी सब तो व्डा जो सियासी पहलू देखिए नवजोत सिंह सिद्धू रौला पाते हैं कि 13 नुकत्या पर ध्यान देना चाहिए, वो कहते हैं मैनक पॉलिसी इस तरह की हो, शराब की पॉलिसी इस तरह की हो, गलों वाल भी हूँ मौजूदा सरकार ध्यान नहीं दे रही, क्योंकि घट्टो घट्टा 6 महीने के आमदन थोड़ी बढ़ सकती पंजाब दी। देखो कितने ना कि देखो नवजोत सिद्धू दी गल्लां तां सही है, जितों तक शराब की गल करते हैं देखो असी शराब की जदों गल करते हैं शराब की पॉलिसी तुसीं अपना वैसट बंगाल की चले जाओ, वैसट बंगाल के जिहड़ी उन्हां दी शराब की इनकम डबल हो गई है। क्यों हो गई है? क्योंकि उन्होंने पॉलिसी बहुत वधी है उत्थे, क्योंकि उत्थे जिहड़ी शराब है वो प्राइवेट नहीं, सरकार आप खरीद के आप अगे डिस्ट्रीब्यूट करती है बेचती है, तो करके उन्हां दी आमदन बढ़ गई है। साडियां पॉलिसीज बिल्कुल गलत ने, हुण माइनिंग है, माइनिंग साडी पॉलिसी असी की बनाई है, कुछ भी नहीं है।
देखो कितना कितने ये इस गल सू ध्यान देना पवेगा। वह कारण की है, देखो साढ़े पंजाब के वित्त मंत्री मनप्रीत सिंह बादल एक डेलीगेशन लैके वैसट बंगाल गए, उत्ते पूरी स्टडी करके आए। उन्होंने आके जो स्टडी करके आए तो उन्होंने दस्या कि यार उत्तों की पॉलिसी बहुत वधिया, असीं डबल इनकम कर सकते हैं, पर असीं नहीं लागू कर सके। क्यों नहीं लागू किए, तुहानूं पता ही है कि पोलिटिकल साडे इंट्रस्ट ने, जो कितना कितने इंट्रस्ट ने उन्होंने भी अगे रखा जाता। इस करके शराब तो साडी आमदन ज़्यादा नहीं बढ़ रही है। हुण माइनिंग है, माइनिंग तो भी साडी आमदन जदों के बढ़ सकती है पर नहीं बढ़ रही। क्यों नहीं बढ़ रही, क्यों नहीं असीं पॉलिसी चंगीआं बना रहे? देखो मसला यह है कि तुसीं देखो बहुत सारे स्टेटां दे विच ब्यूरोक्रेसी ने बहुत अच्छियां पॉलिसीज़ बनाईआं ने, कि साढ़े ब्यूरोक्रेसी नहीं अच्छी पॉलिसीज़ बना सकती। अगर वैसट बंगाल के किसी ने पॉलिसी बनाई है, जां तमिलनाडु के कोई पॉलिसीज़ बनिया ने, वधिया पॉलिसीज़ बनिया ने, जां हरियाणा पॉलिसी ब्यूरोक्रेसी बना रही है। ब्यूरोक्रेसी क्यों नहीं बना पा रही? क्योंकि पोलीटल प्रैशर ज़्यादा उन्हों पर, वो करना चाहते हैं पर जो पोलीटल लोग जिस तरह चाहते हैं साढ़े तो उस तरह होंगे। इस करके आंकड़े की खेड दी है, जे कोई जिम्मे सी एम सोच लवे जिन्हें तुम गल करते हो वह तो बना सकता कर सकता, पर सीएम तो वेले नहीं, वह तो आम लोगों के तुरे फिरते हैं बैठ के अफसर गल कर भी आ मुद्दे ने, जेकर वो मुद्दे पर आ जाए वो कर सकते, कोई पॉलिसियां बना सकते हैं कि वो जिन्हें आने वाले चार पाँच सालों के पॉलिसियां चलदियां रहन ते इनकम वधदी रहे। मुख्यमंत्री की नहीं कर सकते, मुख्यमंत्री स्टेट के मुख्यमंत्री है चरणजीत सिंह चन्नी, पॉलिसियां बना सकते हैं पर वो पॉलिसियां बनाने के लिए साडे कोल विल पावर चाहिए है। देखो असी लोगों का ध्यान बिल्कुल डाइवर्ट कर रहे हैं कि आ मुफ्त दे दो, आ दे दो, आ दे दो, जिहड़ियां इह इस वल ध्यान नहीं दे रहे कि साडी स्टेट का रेवन्यू कित्थों वधना, साडे शराब असी चंगी पॉलिसी बनाईए, शराब की चंगी पॉलिसी लियाईए, जां साडी चंगीआं माइनिंग दीआं पॉलिसीज़ लियाईए। असी सिर्फ लोगों नूं इक जिहड़ा भरमक बना रहे हैं जिस तरह के भी आ रेता जी सस्ता करता जी, आह सस्ता करता, ये सस्ता करता, पर अल्टीमेटली स्टेट चलनी कित्थों है? सब तो बड़ा मसला तो यह है कि अज तुसी ठीक है 3 महीने रह गए इलैक्शन दे, 2 महीने रह गए तुसी अज लोगों नूं कर रहे हो, पर मसला यह है कि अगे पंजाब नूं चलाउणा किवें है? पंजाब पहले ही करजाई हो चुके आ, पंजाब की जेकी आर्थिकता तुसी देखो, किसानी का की हाल है, किसानी के लोग जिहड़े आ ना वह इलैक्शन मैनेजमेंट वाल ज़्यादा ध्यान दे रहे हैं कि वोटां किवें हासिल ज़्यादा करनियां ने, पंजाब नूं बचाउण वास्ते, पंजाब का भला करन वास्ते, उधर ध्यान नहीं, फिर उधर ध्यान जावे की होना चाहिए तुहाडे मुताबिक? देखो मैनूं लगता कि सब तो पहलां तां सानूं अच्छियां पॉलिसीज़ बनाउणियां पैणगियां। पॉलिसीज़ किवें असी लोक असी बजाय लोगों नूं मुफ्त देने दे, लोगों नूं इह समर्थ बनाइए कि लोग खुद अपना जिहड़ा रुजगार दे साधन पैदा कर सकन, जां लोगों के अंदर खुद इस तरह दी पॉलिसी लए कि जिहड़े चाहे अज दा यूथ है, यूथ की चाहता है? यूथ चाहता कि रुजगार मिले, उन्हें नौकरियां मिल, क्योंकि देखो कोरोना टाइम दे विच बहुत सारे जिहड़ियां लोग बेरोजगार हो गए हैं, बड़े बड़े कंपनियां ने काफ़ी लोग कढ़ते हैं। इस करके जिहड़ा अज दा यूथ है वो चाहता कि मैनू अच्छी कितें जॉब मिले। सब तो बड़ी गल इंप्लाईमेंट है साडे पंजाब दी, किन्ने लोग बेरोजगार हैं, तुसीं देखो आर्थिकता सब तो बड़ा मसला, किले किसानी दे किसानी लिए भी आर्थिक दा मसला, हर वर्ग लिए एक बहुत बड़ा मसला बनया होया इस टाइम। इसलिए वो जिहड़े रुजगार साडे जिहड़ा यूथ है फॉरन वल जा रहा, क्यों जा रहा? क्योंकि इत्थे साधन नहीं है, जिथे सानू ध्यान देना चाहिए। एक बार मोटे रूप में अंकड़े जरूर थोड़े दस दो कि साडे जिहड़े दर्शक ने उन्हां नूं पता लग सके कि वाकई किन्ना कु करजा पंजाब दे सिर ते आ, किन्नी आमदन, किन्ना पैसा ब्याज राही चला जांदा, एक बार मोटे तौर पर वह भी जान। साडा जिहड़ा पंजाब तुहानूं मैं दस्सिया ही है कि साडा जिहड़ा असी जिहड़ा इंट्रस्ट ब्याज ब्याज है वो 20,000 करोड़ रुपया साडा सालाना जिहड़ा साडा जाने ही जाना है, वह साडा जाने ही जाना है। तो फिर असी की कर रहे सी, मार्केट बोरिंग लिमिट फिक्स की हुई है, वो करजा असी किवें मोड़दे आ तुहानूं पता है? बड़ी इंट्रस्टिंग गल तुहानूं दस्सदा कि जदों असी मार्केट चो 1,000 करोड़ का करजा लैंदे आ, जां RBI की करती है साडी किश्त, वो मान लो असी 1,500 करोड़ की साडी किश्त जानी है, तो RBI की करूगी? असी 1,000 करोड़ का करजा लिया तो 500 पहले ही कट लेगी, सानू 500 दे देगी वह। तुसी देखो वो क्योंकि जिहड़ियां RBI दे गाइडलाइनज ने वो असी की करते हैं, मान लो 1,000 करोड़ वापस करना ब्याज वापस करना, तो अभी 2,000 करोड़ का मार्केट चो करजा लै लें, तो की करते 1,000 करोड़ कट के तुहानू वो 1,000 करोड़ दे देंदे, जिहड़ा ब्याज है तुहानू 2,000 करोड़ ते देना पैंदा पंजाब नू। ਇਹਦਾ ਰੇਟ ਆਫ ਇੰਟਰਸਟ ਬਹੁਤ ਜ਼ਿਆਦਾ ਜਿਹੜਾ ਸਾਨੂੰ ਪੇ ਕਰਨਾ ਪੈਂਦਾ, ਇਸ ਲਈ ਸਾਨੂੰ ਪੰਜਾਬ ਨੂੰ ਸੋਚਣਾ ਪਏਗਾ। ਇਹ ਵੀ ਦੱਸ ਦਿਓ ਕਿ ਆਮਦਨ ਅਤੇ ਖਰਚ ਦੇ ਵਿੱਚ ਗੈਪ ਕਿੰਨਾ ਕਰਿਆ ਜਾਂਦਾ ਸਾਲਾਨਾ, ਜਿਹਦੇ ਨਾਲ ਕਰਜ਼ਾ ਜ਼ਿਆਦਾ ਹੋਰ ਹੋ ਰਿਹਾ? ਦੇਖੋ ਆਮਦਨ ਅਤੇ ਗੈਪ ਤਾਂ ਖਰਚ ਹੈ ਹੀ ਹੈ, ਜਦੋਂ ਤੁਸੀਂ ਦੇਖੋ 10,000 ਕਰੋੜ ਦੀ ਤੁਸੀਂ ਬੋਰਿੰਗ ਕਰ ਲਈ ਹੈ, ਇਹ 10,000 ਕਰੋੜ ਤੁਸੀਂ ਮਾਰਕੀਟ 'ਚੋਂ ਕਰਜ਼ਾ ਕਿਸ ਲਈ ਲਿਆ? ਉਹ ਗੈਪ ਪੂਰਾ ਕਰਨ ਲਈ ਲਿਆ ਨਾ, ਕਿ ਤੁਹਾਡੇ ਜਿਹੜੀ ਆਮਦਨ ਘੱਟ ਹੈ ਖਰਚੇ ਜ਼ਿਆਦਾ ਨੇ, ਅਸੀਂ ਕਰਜ਼ਾ ਕਿਉਂ ਲੈਂਦੇ ਹਾਂ? ਅਤੇ ਫਿਰ ਜਿਹੜੇ ਸਿਆਸੀ ਲੋਕ ਹੁਣ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰਦੇ ਨੇ ਕਿ ਆਹ ਕਰਾਂਗੇ ਆਹ ਕਰਾਂਗੇ, ਉਹ ਇਹ ਸੋਚਦੇ ਨਹੀਂ, ਉਹ ਅੰਕੜਿਆਂ 'ਤੇ ਨਜ਼ਰ ਨਹੀਂ ਮਾਰਦੇ ਇੱਕ ਵਾਰੀ ਕਿ ਬਾਕੀ ਦੇਣ ਨੂੰ ਕੁਛ ਹੈ ਨਹੀਂ, ਜਿਵੇਂ ਕਹਿੰਦੇ ਆ ਕਿ ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ। ਤੁਸੀਂ ਦੇਖੋ ਇਹ ਜਿਹੜਾ ਸਾਡਾ ਕਾਂਗਰਸ ਦਾ ਮੈਨੀਫੈਸਟੋ ਕਿਹਨੇ ਬਣਾਇਆ ਸੀ? ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਬਣਾਇਆ ਸੀ। ਜਦੋਂ ਉਹ
ਜਦੋਂ ਕਿ ਖੁਦ ਪੰਜਾਬ ਦੇ ਫਾਈਨਾਂਸ ਮਿਨਿਸਟਰ ਰਹਿ ਚੁੱਕੇ ਸੀ। ਉਹਨਾਂ ਨੇ ਇੰਨੇ ਵਾਅਦੇ ਕਰਤੇ ਲੋਕਾਂ ਨੂੰ, ਇੰਨਾ ਕੁਛ ਕਰਤਾ ਜੀ, ਘਰ ਘਰ ਰੁਜ਼ਗਾਰ ਦੀਆਂ ਗੱਲਾਂ ਕੀਤੀਆਂ, ਸਭ ਕੁਛ ਕਰਨੀ, ਪਰ ਹੈ ਕੀ ਅੱਜ ਵੀ ਹਾਲਤ। ਮਨਪ੍ਰੀਤ ਸਿੰਘ ਬਾਦਲ ਦਾ ਮੈਨੂੰ ਯਾਦ ਆ, ਜਦੋਂ ਪਹਿਲਾਂ ਉਹਨਾਂ ਦਾ ਜਦੋਂ ਬਜਟ ਪੇਸ਼ ਕੀਤਾ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਅਗਲੇ 5 ਸਾਲਾਂ ਦੇ ਵਿੱਚ ਪੰਜਾਬ ਨੂੰ ਰੈਵਨਿਊ ਸਰਪਲਸ ਸਟੇਟ ਬਣਾ ਦੂੰਗਾ। ਪਰ ਰੈਵਨਿਊ ਸਰਪਲਸ ਸਟੇਟ ਕਿੱਥੇ ਬਣਿਆ? ਪੰਜਾਬ 'ਤੇ ਕਰਜ਼ਾ ਵੱਧਦਾ ਜਾ ਰਿਹਾ, ਕਰਜ਼ਾ ਵੱਧਦਾ ਜਾ ਰਿਹਾ। ਅਲਟੀਮੇਟਲੀ ਕਰਜ਼ਾ ਹੁਣ ਤਾਂ ਨੌਬਤ ਇਹ ਆਉਣੀ ਕਿ ਸਾਨੂੰ ਕਰਜ਼ਾ ਸਾਡੀ ਆਮਦਨ 'ਚੋਂ ਮੋੜਨਾ ਪੈਣਾ। ਇਸ ਕਰਕੇ ਪੰਜਾਬ ਨੂੰ ਅਗਰ ਤੁਸੀਂ ਬਚਾਉਣਾ ਹੈ ਤਾਂ ਤੁਹਾਨੂੰ ਇਹ ਜਿਹੜੀਆਂ ਜਿਹੜੇ ਲੋਕਾਂ ਨੂੰ ਮੁਫਤ ਉਹਦੀ ਜਾਏ, ਲੋਕਾਂ ਨੂੰ ਇਸ ਕਾਬਲ ਬਣਾਓ ਕਿ ਰੋਜ਼ੀ ਰੋਟੀ ਚੰਗੀ ਕਮਾ ਸਕਣ ਉਹਨਾਂ ਨੂੰ। ਜਿਹੜਾ ਟੈਕਸ ਵੀ ਸਰਕਾਰ ਦੇ ਖਜ਼ਾਨੇ 'ਚ ਆਏਗਾ, ਕਿਉਂਕਿ ਜਿਹਦੀ ਆਮਦਨ ਹੋਏਗੀ ਉਹਦੇ 'ਤੇ ਕੋਈ ਨਾ ਕੋਈ ਟੈਕਸ ਲੱਗੇਗਾ। ਟੈਕਸ ਨੈਚੁਰਲ ਟੈਕਸ ਤਾਂ ਲੱਗਦਾ ਹੀ ਹੈ। ਅਸੀਂ ਕਿਉਂ ਨਹੀਂ ਇਸ ਤਰ੍ਹਾਂ ਦੀਆਂ ਪੋਲਸੀਆਂ ਲਿਆ ਰਹੇ ਕਿ ਸਾਡੇ ਯੂਥ ਇੱਥੇ ਨੂੰ ਰੁਜ਼ਗਾਰ ਦੇ ਅਵਸਰ ਪੈਦਾ ਹੋਣ, ਆਮ ਲੋਕਾਂ ਨੂੰ ਉਹਨਾਂ ਨੂੰ ਕਿਤੇ ਨਾ ਕਿਤੇ ਵਪਾਰ ਕਰਨ ਦੇ ਸਾਧਨ ਮਿਲਣ, ਤਾਂ ਕਿ ਉਹ ਆਪਣੇ ਆਪ, ਤਾਂ ਕਿ ਪੰਜਾਬ ਨੂੰ ਅਸੀਂ ਉਹ ਬਣਾਈਏ। ਇਹ ਨਹੀਂ ਕਿ ਅਸੀਂ ਕਰਜ਼ਾ ਲਈ ਜਾਈਏ ਅਤੇ ਜਿਹੜਾ ਲੋਕਾਂ ਨੂੰ ਫ੍ਰੀ ਦੇਣ ਦੇ ਲਈ ਅਸੀਂ ਕਰਜ਼ਾ ਲਈ ਜਾਵਾਂਗੇ। ਅਲਟੀਮੇਟਲੀ ਪੰਜਾਬ ਤਾਂ ਦੇਖੋ ਆਉਣ ਵਾਲੇ ਫਿਰ ਟਾਈਮਾਂ ਦੇ ਵਿੱਚ ਜੋ ਸਾਡਾ ਕਰਜ਼ਾ ਤੁਹਾਨੂੰ ਅੱਜ 3 ਲੱਖ ਹੈ, 5 ਲੱਖ 10 ਲੱਖ ਹੋ ਜੂਗਾ, ਅਤੇ ਉਹਦੇ ਨਾਲ ਕੀ ਹੋਏਗਾ? ਅਲਟੀਮੇਟਲੀ ਕੀ ਹੋਏਗਾ? ਉਹ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਆ ਜਾਂ ਸਾਡੇ, ਉਹਨਾਂ ਨੂੰ ਭੁਗਤਾਨ ਕਰਨਾ ਪੈਣਾ ਉਹਦਾ। ਅਲਟੀਮੇਟਲੀ ਕਿਤੇ ਨਾ ਕਿਤੇ ਜਾ ਕੇ ਸਾਨੂੰ ਕਰਜ਼ਾ ਵਾਪਸ ਕਰਨਾ ਪੈਣਾ ਨਾ। ਇਹ ਸਨ ਨਰੇਸ਼ ਸ਼ਰਮਾ ਸੀਨੀਅਰ ਪੱਤਰਕਾਰ ਨੇ, ਜਿਨ੍ਹਾਂ ਨੇ ਪੂਰੇ ਅੰਕੜੇ ਦਿੱਤੇ ਨੇ ਕਿ ਪੰਜਾਬ ਦੇ ਸਿਰ ਕਰਜ਼ਾ ਕਿੰਨਾ ਹੈ, ਪੰਜਾਬ ਦੀ ਆਮਦਨ ਕਿੰਨੀ ਹੈ, ਮਾਫੀਆ ਰਾਜ ਰਾਹੀਂ ਪੰਜਾਬ ਨੂੰ ਕਿਵੇਂ ਲੁੱਟਿਆ ਜਾ ਰਿਹਾ ਹੈ। ਸੋ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਲੀਡਰ ਜਾਂ ਜਿਹੜੀਆਂ ਸਿਆਸੀ ਪਾਰਟੀਆਂ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਲਾਰੇ ਲਗਾ ਰਹੀਆਂ ਨੇ, ਸਹੂਲਤਾਂ ਦੇਣ ਦੇ ਵਾਅਦੇ ਕਰ ਰਹੀਆਂ ਨੇ, ਉਹ ਇਹ ਅੰਕੜਿਆਂ 'ਤੇ ਵੀ ਇੱਕ ਵਾਰੀ ਨਜ਼ਰ ਮਾਰ ਲੈਣ, ਤਾਂ ਕਿ ਉਹ ਵੀ ਸੋਚ ਲੈਣ ਕਿ ਪੰਜਾਬ ਨੂੰ ਕਰਜ਼ੇ 'ਚੋਂ ਕੱਢਣਾ ਕਿਵੇਂ ਆ, ਜਾਂ ਫਿਰ ਪੰਜਾਬ 'ਤੇ ਹੋਰ ਕਰਜ਼ਾ ਚੜ੍ਹਾਉਣਾ ਕਿਵੇਂ ਆ। ਇਹ ਵੱਡਾ ਵਿਵਾਦ ਹੈ, ਤਾਂਹੀਓ ਅਸੀਂ ਇਹਨਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਆ ਕਿ ਘੱਟੋ ਘੱਟ ਅੱਖਾਂ ਖੁੱਲ੍ਹ ਜਾਣ ਸਿਆਸੀ ਲੀਡਰਾਂ ਦੀਆਂ, ਉਹ 100 ਵਾਰ ਸੋਚਣ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੇ ਜੋ ਵਾਅਦੇ ਕਰਦੇ ਨੇ ਉਹਨਾਂ ਬਾਰੇ। ਕੈਮਰਾਮੈਨ ਨਰਿੰਦਰ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ 'ਤੇ ਲਿਖ ਕੇ ਲਵੋ ਕੰਮ ਦੀ ਗਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। ਵਰਲਡ ਫੇਮਸ ਬਾਬਾ ਸਲੀਮ ਖਾਨ, 21 ਵਾਰ ਗੋਲਡ ਮੈਡਲਿਸਟ, ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ, ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ, ਇਲਮਾਂ ਦੇ ਮਾਹਿਰ, A to Z ਸਮੱਸਿਆਵਾਂ ਦਾ ਫੋਨ 'ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ, ਪੱਕਾ ਹੱਲ, 101% ਦੀ ਗਰੰਟੀ, ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚਨਪਨ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ, 98 199 37 467। ਮੇਰੇ ਬਾਪੂ ਤੇ ਮੇਰੀ ਮਾਂ ਨੇ ਸਾਰੀ ਉਮਰ ਆਪਣੇ ਆਪ ਨੂੰ ਭੁੱਲ ਕੇ ਮੈਨੂੰ ਮੇਰੀ ਜ਼ਿੰਦਗੀ ਵਿੱਚ ਪੌੜੀ ਪੌੜੀ ਚੜ੍ਹਨਾ ਸਿਖਾਇਆ। ਮੇਰੀ ਹਰ ਮੁਸ਼ਕਲ ਨੂੰ ਹਰ ਕੀਮਤ 'ਤੇ ਹੱਲ ਕੀਤਾ ਉਹਨਾਂ ਨੇ। ਮੈਂ ਉਹਨਾਂ ਦਾ ਦੇਣਾ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ, ਜਿਵੇਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਭੁੱਲ ਸਕਦਾ। ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਉਹਨਾਂ ਦੀ ਅਤੇ ਸਾਰੇ ਪੰਜਾਬੀਆਂ ਦੀ ਮਾਂ ਪਾਰਟੀ ਰਹੀ ਹੈ। ਕਦੇ ਉਹ ਬੁਰੇ ਲੱਗਦੇ ਨੇ ਅਤੇ ਕਦੇ ਚੰਗੇ, ਪਰ ਮਾਂ ਬਾਪ ਕਦੀ ਬਦਲੇ ਨਹੀਂ ਜਾਂਦੇ।